ਤੁਹਾਡੇ ਸਾਹਮਣੇ ਪੁਲਿਸ ਗ੍ਰਿਫਤ ਚ ਖੜੇ ਉਹ ਨੌਜਵਾਨ ਨੇ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲੁੱਟਦੇ ਸੀ। ਜੀ ਹਾਂ, ਅੰਮ੍ਰਿਤਸਰ ਪੁਲਿਸ ਨੇ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ। ਇਹ ਨੌਜਵਾਨ ਹੁਣ ਤੱਕ 20 ਤੋਂ ਵੱਧ ਲੋਕਾਂ ਨੂੰ ਲੁੱਟ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਵਿਦੇਸ਼ੀ ਮਹਿਲਾਵਾਂ ਸ਼ਾਮਿਲ ਹੁੰਦੀਆਂ ਸੀ। ਪਿਛਲੇ ਹਫ਼ਤੇ 'ਚ ਕਾਫ਼ੀ ਜਿਹੜੀਆਂ ਭੰਡਾਰੀ ਪੁਲ ਦੇ ਇਰਦ ਗਿਰਦ ਬੀ ਡਿਵੀਜ਼ਨ ਦੇ ਵਿੱਚ ਔਰ ਰਾਮਬਾਗ ਥਾਣੇ ਦੇ ਵਿੱਚ ਜਿਹੜੀਆਂ ਕਾਫ਼ੀ ਸਨੈਚਿੰਗਸ ਜਿਹੜੀਆਂ ਹੋਈਆਂ ਸੀ, ਇਹਦੇ ਵਿੱਚ ਸਾਡੀ ਜੁਆਇੰਟ ਟੀਮ ਨੇ ਰਲ ਕੇ ਜਿਹੜੀ ਇਹ ਚੰਗੀ ਪ੍ਰਾਪਤੀ ਕੀਤੀ ਹੈ, ਜਿਹਦੇ ਵਿੱਚ ਇਹਨਾਂ ਨੇ ਜਿਹੜੇ 3 ਬੰਦਿਆਂ ਨੂੰ ਅਰੈਸਟ ਕੀਤਾ। ਇੱਕ ਰਮਨਦੀਪ ਸਿੰਘ, ਪ੍ਰਿੰਸ ਏਲੀਅਸ ਮੋਟਾ ਅਤੇ ਆਸ਼ੂ ਪੰਡਿਤ, ਜਿਹੜਾ ਇਹਨਾਂ ਨੂੰ ਬਰਾਮਦ ਕਰਕੇ ਕੋਈ 20 ਦੇ ਕਰੀਬ ਜਿਹੜੀਆਂ ਵਾਰਦਾਤਾਂ ਆ ਉਹਨਾਂ ਦਾ ਜਿਹੜਾ ਇਹਨਾਂ ਨੇ ਖੁਲਾਸਾ ਕੀਤਾ, ਜਿਹਦੇ ਵਿੱਚ ਇੱਕ ਮੇਨ ਵਾਰਦਾਤ ਇੱਕ ਫੋਰਨਰ ਆਏ ਸੀਗੇ, ਉਹਨਾਂ ਨੂੰ ਆਟੋ 'ਤੇ ਜਾ ਰਹੇ ਸੀਗੇ, ਉਹਨਾਂ ਨੇ ਬੈਗ ਸਨੈਚ ਕੀਤਾ ਸੀ ਜਿਹਦੇ ਵਿੱਚ ਉਹਨਾਂ ਦੀ 175 ਗ੍ਰਾਮ ਦੇ ਜਵੈਲਰੀ ਸੀਗੀ ਕਰੀਬ, ਔਰ ਮੋਸਟਲੀ 6000 ਰੁਪਈਆ ਜੋ ਕਿ ਸਾਰੀ ਦੀ ਸਾਰੀ ਜਿਹੜੀ ਉਹ ਰਿਕਵਰ ਕਰ ਲਈ ਹੈ। ਔਰ ਇਹਦੇ ਵਿੱਚ ਜਿਹੜੇ ਇੱਕ ਮੋਹਿਤ ਕੁਮਾਰ ਏਲੀਅਸ ਚਾਬੀ ਨਾਮ ਦਾ ਬੰਦਾ ਜਿਹੜਾ ਇਹ ਭਗੌੜਾ ਆ, ਇਹਨਾਂ ਦੀ ਮੋਟਰ ਸਪਰੈਂਡੀ ਇਹ ਹੁੰਦੀ ਸੀ ਭਰਾਵਾਂ ਦੇ ਢਾਬੇ ਦੇ ਉੱਤੇ, ਇਹਨਾਂ ਨੇ ਉੱਥੋਂ ਪਹਿਲਾਂ ਮੋਟਰਸਾਈਕਲ ਚੋਰੀ ਕੀਤਾ ਸੀਗਾ, ਉਹਦੇ ਪਿੱਛੇ ਨੰਬਰ ਪਲੇਟ 'ਤੇ ਮਿੱਟੀ ਲਗਾ ਲੈਂਦੇ ਸੀ ਔਰ ਉੱਥੋਂ ਹੀ ਦੇਖ ਲੈਂਦੇ ਸੀ ਕੋਈ ਵੀ ਜਿਸ ਤਰ੍ਹਾਂ ਕੋਈ ਫੋਰਨ ਦਾ ਜਾਂ ਕੋਈ ਅੱਛਾ ਲੇਡੀਜ਼ ਲੱਗਦੀ ਸੀ ਘਰਾਣੇ ਦੀ, ਉਹ ਵੀ ਇਹਦੇ ਕੋਲ ਸਮਾਨ ਕੋਈ ਜ਼ਿਆਦਾ ਹੋਏਗਾ ਉਹਦੇ ਪਿੱਛੇ ਲੱਗ ਜਾਂਦੇ ਸੀ, ਔਰ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ ਚੱਪੜ ਮਾਰ ਕੇ ਲੈ ਜਾਂਦੇ ਸੀ। ਇਹ ਪਿਛਲੇ 4 ਮਹੀਨਿਆਂ ਤੋਂ ਇਹ ਜਿਹੜੇ ਬੇਲ 'ਤੇ ਬਾਹਰ ਆਏ ਸੀਗੇ ਔਰ ਇਹਨਾਂ ਦੇ ਪਹਿਲਾਂ 5-5 ਦੇ ਕਰੀਬ ਮੁਕੱਦਮੇ ਜਿਹੜੇ ਆ ਉਹ ਦਰਜ ਨੇ, ਉਹ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਔਰ ਸਾਰਾ ਟੋਟਲੀ ਮਾਲ ਜਿਹੜਾ ਇਹਨਾਂ ਤੋਂ ਰਿਕਵਰ ਕਰ ਲਿਆ। ਸਰ, ਮੋਸਟਲੀ ਹਰਿਮੰਦਰ ਸਾਹਿਬ ਹਾਂਜੀ ਇਹ ਬਿਲਕੁਲ ਜਿਹੜੇ ਯਾਤਰੂ ਆਉਂਦੇ ਸੀਗੇ ਉਹਨਾਂ ਦੇ ਏਮ ਉਹਨਾਂ ਨੂੰ ਟਾਰਗੇਟ ਬਣਾਉਂਦੇ ਸੀ ਔਰ ਭਰਾਵਾਂ ਦੇ ਢਾਬੇ ਤੋਂ ਮੋਸਟਲੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ, ਜਿੱਥੇ ਵੀ ਉਹਨਾਂ ਨੂੰ ਨਵਾਂ ਪੁਲ ਬਣਿਆ ਜਿਹੜਾ ਉਹਦੇ ਨੀਚੇ ਉਹਦੇ ਉੱਪਰ ਭੰਡਾਰੀ ਪੁਲ 'ਤੇ ਜਿਸ ਤਰ੍ਹਾਂ ਕੁਈਨ ਰੋਡ 'ਤੇ ਪਰਸੋਂ ਜਾ ਰਹੇ ਸੀਗੇ ਉੱਥੇ ਇਹਨਾਂ ਨਾਲ ਸਨੈਚਿੰਗ ਕੀਤੀ ਸੀ, ਉੱਥੇ ਜਿੱਥੇ ਦਾ ਲੱਗਦਾ ਸੀ ਉੱਥੇ ਸਨੈਚਿੰਗ। ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਤੋਂ ਮੋਬਾਈਲ ਸਣੇ ਗਹਿਣੇ ਅਤੇ 6000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਸ ਪਾਸ ਇਹ ਨੌਜਵਾਨ ਰਹਿੰਦੇ ਸੀ ਅਤੇ ਜਦੋਂ ਵੀ ਕੋਈ ਫਿਰੰਗਣ ਇਹਨਾਂ ਦੀ ਨਜ਼ਰਾਂ ਦੇ ਵਿੱਚ ਆਉਂਦੀ ਸੀ ਤਾਂ ਇਹ ਲੋਕ ਉਸਦਾ ਪਿੱਛਾ ਕਰਦੇ ਅਤੇ ਮੌਕਾ ਵੇਖ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਇਸ ਦੇ ਨਾਲ ਹੀ ਦੂਰ ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਉੱਤੇ ਵੀ ਇਹਨਾਂ ਦੀ ਨਜ਼ਰ ਹਮੇਸ਼ਾ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਅਤੇ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।